ਚੱਕਰ ਕਰਦਾ ਰੁਜ਼ਗਾਰ ਦਾ ਵਾਅਦੇ ਕਰ ਰਹੇ ਤੁਸੀਂ ਨਾ ਉਹਦੀ ਆ ਭੁੱਖ ਨਿਕਲਦੀ ਵੇਖ ਲਓ ਦੇਖੋ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਦੀ ਨਿਕਲਦੀ ਫੂਕ ਸੀਮਾ ਮੰਡੀ ਤੋਂ ਪਿਛਲੇ 15 16 ਸਾਲਾਂ ਤੋਂ ਸਵੇਰੇ 4 ਵਜੇ ਉੱਠ ਕੇ ਪਿੰਡ ਪਿੰਡ ਅਖਬਾਰ ਵੰਡ ਰਹੇ ਹਨ ਕੌਣ ਮਾਸਟਰ ਜੀ ਦਿਖਾਉਂਦੇ ਹਾਂ ਤੁਹਾਨੂੰ ਇੱਕ ਵਿਸ਼ੇਸ਼ ਰਿਪੋਰਟ ਅੱਜ ਅਸੀਂ ਤੁਹਾਨੂੰ ਇੱਕ ਬੇਰੋਜ਼ਗਾਰ ਅਧਿਆਪਕ ਦੀ ਹੱਡ ਬੀਤੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਪਿਛਲੇ 15 16 ਸਾਲਾਂ ਤੋਂ ਸਵੇਰੇ 4 ਵਜੇ ਉੱਠ ਕੇ ਪਿੰਡ ਪਿੰਡ ਜਾ ਕੇ ਅਖਬਾਰਾਂ ਵੰਡਣ ਦੇ ਨਾਲ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਬਹੁਤ ਸਾਰੀਆਂ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹਨ ਹਾਂਜੀ ਮਾਸਟਰ ਜਸਵਿੰਦਰ ਸਿੰਘ ਜੀ ਇਹ ਤੇ ਇਹਨੂੰ 15 16 ਸਾਲ ਹੋ ਗਏ ਜੀ ਮੇਰੇ ਕੋਲੇ ਕੰਮ ਕਰਦੇ ਨੂੰ ਅਖਬਾਰ ਵੰਡਦੇ ਨੂੰ ਘੱਟੋ ਘੱਟ ਇਹ 5-7 ਪਿੰਡਾਂ ਦੇ ਵਿੱਚ ਅਖਬਾਰ ਵੰਡਦਾ ਉਹਦੇ ਨਾਲ ਨਾਲ ਇਹਨੇ ਪੜ੍ਹਾਈ ਕਰੀ ਹੈ ਬੀਐਡ ਬੀਏ ਟੈਟ ਪਾਸ ਉਹ ਵੀ ਉਹ ਕਰੇ ਨਹੀਂ ਇਹਨਾਂ ਨੇ ਅਤੇ ਸਰਕਾਰ ਇਹਨਾਂ ਦਾ ਕੁਛ ਨਹੀਂ ਕੋਈ ਹੱਲ ਨਹੀਂ ਕਰ ਰਹੀ ਜੀ ਪੜ੍ਹਾਈ ਦੇ ਹਿਸਾਬ 'ਤੇ ਪੜ੍ਹਾਈ ਬਹੁਤ ਕਰੀ ਇਹਨਾਂ ਨੇ ਪਰ ਫਿਰ ਵੀ ਇਹ ਅਖਬਾਰ ਹੁਣ ਵੀ ਇਹ ਅਖਬਾਰ ਹੀ ਡਿੱਗ ਰਿਹਾ ਜੀ ਟੈਟ ਪਾਸ ਹੋਣ ਦੇ ਬਾਵਜੂਦ ਵੀ ਅਧਿਆਪਕ ਲੱਗਣ ਤੋਂ ਵਾਂਝੇ ਹਨ ਅਤੇ ਵਿੱਚੋਂ ਸਮਾਂ ਕੱਢ ਕੇ ਆਪਣੀ ਬੇਰੋਜ਼ਗਾਰ ਅਧਿਆਪਕਾਂ ਨਾਲ ਸਿੱਖਿਆ ਮੰਤਰੀ ਦੇ ਬਾਰ ਮੂਹਰੇ ਨੌਕਰੀ ਲੈਣ ਲਈ ਧਰਨੇ ਪ੍ਰਦਰਸ਼ਨ ਵੀ ਕੀਤੇ ਹਨ ਇਹ ਹਨ ਬੱਚਿਆਂ ਦੇ ਸਤਿਕਾਰਯੋਗ ਗੁਰੂ ਜੀ ਜਿਨ੍ਹਾਂ ਨੂੰ ਅੱਜ ਕੱਲ੍ਹ ਸਰਕਾਰੀ ਡਾਂਗਾ ਖਾਣ ਵਾਲੇ ਵੀ ਕਿਹਾ ਜਾਂਦਾ ਹੈ ਪਿੰਡ ਸ਼ਾਹਪੁਰਾ ਦੇ ਜਸਵਿੰਦਰ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਨੂੰ ਫਲ ਨਹੀਂ ਮਿਲੇਗਾ ਉਸ ਦੀ ਮਿਹਨਤ ਵਿੱਚ ਸ਼ੁਮਾਰ ਹੈ ਸਵੇਰੇ 4 ਵਜੇ ਉੱਠ ਕੇ ਅਖਬਾਰ ਚੁੱਕਣੇ ਅਤੇ ਫਿਰ ਉਹਨਾਂ ਨੂੰ ਘਰ ਘਰ ਜਾ ਕੇ ਵੰਡਣਾ ਫਿਰ ਆ ਕੇ ਆਪਣੀ ਪੜ੍ਹਾਈ ਪੂਰੀ ਕਰਨਾ ਇਹ ਸਿਲਸਿਲਾ ਪਿਛਲੇ 15 16 ਸਾਲਾਂ ਤੋਂ ਨਿਰੰਤਰ ਜਾਰੀ ਹੈ ਇਸ ਵਿੱਚ ਜਸਵਿੰਦਰ ਸਿੰਘ ਨੇ ਕਾਂਗਰਸੀ ਨੇਤਾਵਾਂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਅਖਬਾਰ ਦਿੱਤੇ ਹਨ ਜਸਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਪੜ੍ਹ ਲਿਖ ਕੇ ਅਧਿਆਪਕ ਬਣਨਾ ਚਾਹੁੰਦਾ ਪਰ ਸਰਕਾਰਾਂ ਨੇ ਹਾਲਾਤ ਹੀ ਅਜਿਹੇ ਬਣਾ ਦਿੱਤੇ ਕਿ ਨਾ ਤਾਂ ਬੈਕਲੌਗ ਪੂਰਾ ਕਰ ਰਹੇ ਹਨ ਅਤੇ ਨਾ ਹੀ ਅਸਾਮੀਆਂ ਵਧਾ ਰਹੇ ਹਨ ਜਿਸ ਕਰਕੇ ਸਾਨੂੰ ਪੜ੍ਹ ਲਿਖ ਕੇ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਸਵਿੰਦਰ ਸਿੰਘ ਜੀ ਮੈਂ ਪਿੰਡ ਸ਼ਾਹਪੁਰ ਕਲਾਂ ਤੋਂ ਬਿਲੋਂਗ ਕਰਦਾ ਜੀ ਤਕਰੀਬਨ ਮੈਂ 15-16 ਸਾਲਾਂ ਤੋਂ ਅਖਬਾਰਾਂ ਦਾ ਕੰਮ ਕਰ ਰਿਹਾ ਜੀ ਪਿੰਡਾਂ ਦੇ ਵਿੱਚ ਆਲੇ ਦੁਆਲੇ ਚੀਮਾ ਮੰਡੀ ਤੋਂ ਮੇਰਾ ਸੁਪਨਾ ਸੀ ਕਿ ਮੈਂ ਪੜ੍ਹ ਕੇ ਪੜ੍ਹਾਈ ਕਰਕੇ ਮਾਸਟਰ ਅਧਿਆਪਕ ਲੱਗਾਂਗਾ ਮੇਰੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਬੀ ਐਡ ਟੈਟ ਪਾਸ ਦੋ ਵਾਰ ਮੈਂ ਟੈਟ ਪਾਸ ਹਾਂ ਜੀ ਡਬਲ ਐੱਮ ਏ ਕੀਤੀ ਹੋਈ ਹੈ ਜੀ ਸੈਨੇਟਰੀ ਇੰਸਪੈਕਟਰ ਦਾ ਕੋਰਸ ਕੀਤਾ ਹੋਇਆ ਜੀ ਲਾਇਬ੍ਰੇਰੀਅਨ ਦਾ ਕੀਤਾ ਹੋਇਆ ਜੀ ਗਿਆਨੀ ਕੀਤੀ ਹੋਈ ਹੈ ਜੀ ਮੈਂ ਸਰਕਾਰ ਮੂਹਰੇ ਮੰਗ ਕਰਦਾ ਗਾ ਕਿ ਜਿਹੜੇ ਅਧਿਆਪਕਾਂ ਦੀਆਂ ਸਰਕਾਰ ਨੇ 2182 ਪੋਸਟਾਂ ਕੱਢੀਆਂ ਨੇ ਉਹ ਬਹੁਤ ਘੱਟ ਨੇ ਇਹਨਾਂ ਨੂੰ ਮਤਲਬ ਵਧਾਇਆ ਜਾਵੇ ਅਤੇ ਐੱਸ ਐੱਸ ਟੀ ਪੰਜਾਬੀ ਹਿੰਦੀ ਦੀਆਂ ਪੋਸਟਾਂ ਬਹੁਤ ਘੱਟ ਪਾਈਆਂ ਗਈਆਂ ਨੇ ਜਿਹੜੀਆਂ ਨੋਟੀਫਿਕੇਸ਼ਨ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਸੰਖਿਆ ਵਧਾਈ ਜਾਵੇ ਉੱਥੇ ਹੀ ਦੂਸਰੇ ਪਾਸੇ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਅਖਬਾਰਾਂ ਵੰਡ ਕੇ ਆਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੇ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਦੀ ਫੂਕ ਨਿਕਲ ਗਈ ਹੈ ਸਰਕਾਰਾਂ ਨੂੰ ਇਹਨਾਂ ਬੇਰੋਜ਼ਗਾਰਾਂ ਬਾਰੇ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਜੇ ਲੋਕਾਂ ਦੀ ਸੁਣੋ ਰੁਜ਼ਗਾਰ ਦਿਓ ਜਿਹੜੇ ਤੁਸੀਂ ਵਾਅਦੇ ਕਰਦੇ ਹੋ ਲੋਕਾਂ ਵੀ ਇਹ ਉਹ ਲੋਕ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਤੁਸੀਂ ਇਹਨਾਂ ਦੀ ਕਦਰ ਨਹੀਂ ਪਾਉਂਦੇ ਸਰਕਾਰ ਨੂੰ ਆਉਣ ਵਾਲੇ ਚੋਣਾਂ 'ਚ ਇਹਦਾ ਨਤੀਜਾ ਭੁਗਤਣਾ ਪਊਗਾ ਜਿਹੜੇ ਵਾਅਦੇ ਕਰਦੇ ਆ ਉਹ ਤੇ ਪੂਰੇ ਨਹੀਂ ਉਤਰਦੇ ਖਰੇ ਨਹੀਂ ਉਤਰਦੇ ਪੰਜਾਬ ਵਿੱਚ ਲੱਖਾਂ ਹੀ ਅਜਿਹੇ ਪੜ੍ਹੇ ਲਿਖੇ ਬੇਰੋਜ਼ਗਾਰ ਹਨ ਜੋ ਆਪਣਾ ਗੁਜ਼ਰ ਬਸਰ ਕਰ ਰਹੇ ਹਨ ਸਰਕਾਰਾਂ ਉਹਨਾਂ ਦੇ ਤਜਰਬਿਆਂ ਦਾ ਮੁੱਲ ਨਹੀਂ ਪਾ ਰਹੀ ਹੁਣ ਦੇਖਣਾ ਇਹ ਹੈ ਕਿ ਮੌਜੂਦਾ ਸਰਕਾਰ ਦੇ ਚੋਣਾਂ ਵਿੱਚ ਕੀਤੇ ਵਾਅਦੇ ਕਿੰਨੇ ਕੁ ਵਫਾ ਹੁੰਦੇ ਹਨ ਭਾਰਤ ਸੰਦੇਸ਼ ਲਈ ਸੰਗਰੂਰ ਤੋਂ ਬਲਵਿੰਦਰ ਸਿੰਘ ਦੀ ਰਿਪੋਰਟ